ਵੈਲਕਮ ਬੈਕ ਗਾਈਸ। ਜੈਸਾ ਕਿ ਆਪ ਦੇਖ ਸਕਦੇ ਹਾਂ, ਕਮਾਂਦ ਵੱਢ ਰਹੇ ਹਾਂ ਅਸੀਂ ਰਿੰਗ ਪਿੱਟ ਮੈਥਡ ਵਾਲਾ। ਕਮਾਂਦ ਦੀ ਕਾਸ਼ਤ ਕਰਨੀ ਆ ਨਵੇਂ ਦੀ, ਸਾਹਮਣੇ ਕਿਆ ਰਿਹਾ ਉਹਦੇ ਵਿੱਚ, ਅਤੇ ਆ ਜਨਾਬ ਖਾਦ ਪਾਤੀ ਆ ਸਿੰਗਲ ਸੁਪਰ ਫਾਸਫੇਟ SSP 2 ਬੋਰੀ 1.5 ਬੋਰੀ ਪਾਈ ਆ ਜਨਾਬ 6 ਕਨਾਲ ਦੇ ਵਿੱਚ। ਅਤੇ ਖਾਦ ਤੋਂ ਬਾਅਦ ਆ ਹਲ ਵਹਿ ਰਹੇ ਹਾਂ ਫਾਈਨਲ, ਉਸ ਤੋਂ ਬਾਅਦ ਵੱਟਾਂ ਨਿਕਲ ਜਾਣੀਆਂ ਵਾ, ਅਤੇ ਫਿਰ ਉਸ ਤੋਂ ਬਾਅਦ ਲਾਵਾਂਗੇ ਕਮਾਂਦ। ਗਰਮੀ ਜੀ ਅੱਜ ਫੇਰ ਕਿੱਥੇ ਖੜ੍ਹੀ ਆ, 45 'ਤੇ ਆ ਲੋ ਉੱਤੋਂ। ਬੀ ਵੱਢਦੇ ਪਏ ਹਾਂ, ਬੀ ਵੀ ਨਹੀਂ ਵੱਢ ਹੁੰਦਾ ਪਿਆ, ਵੱਟਾਂ ਵੀ ਨਿਕਲ ਰਹੀਆਂ ਨਾਲ ਨਾਲ, ਟੇਢੀਆਂ ਸਿੱਧੀਆਂ ਮਿੱਧੀਆਂ ਜਿੱਦਾਂ ਦੀਆਂ ਵੀ ਆ। ਆਹ ਬੀ ਆ ਜਿਹੜਾ ਮੈਨੂੰ ਵੇਚਣ ਨਹੀਂ ਸੀ ਦਿੱਤਾ ਰਿੰਗ ਪਿੱਟ ਮੈਥਡ, ਬੜਾ ਦੁੱਖ ਹੁੰਦਾ ਵਾ। ਮੋਟਾ ਮੋਟਾ ਇੱਧਰ ਦੇਖੋ, ਬੀ ਵਾਲਾ ਤਾਂ ਹੈ ਹੀ ਨਹੀਂ ਕਮਾਂਦ, ਤਾਂ ਕੀ ਕਰੀਏ ਹੁਣ, ਮਾਲਕ ਨਹੀਂ ਮੰਨੇ ਜਦ। ਇਹ ਵੱਟਾਂ ਨਿਕਲਦੀਆਂ ਪਈਆਂ ਵਾ, ਤਰਫਾਲੀ ਦਾ ਵੀ ਕੋਈ ਹਾਲ ਨਹੀਂ, ਐਵੇਂ ਬੇਕਾਰ ਜੇ ਤਰਫਾਲੀ ਆ, ਗੁਜ਼ਾਰਾ ਕਰ ਰਹੀ ਆ ਬਸ, ਹੋਰ ਗੱਲਬਾਤ ਕੋਈ ਨਹੀਂ ਜੀ। ਪਰ ਇਹ ਤੂੜੀ ਚੱਕਦੇ ਹਾਂ, ਆਹੋ ਪੈਸਾ ਦਿੱਤਾ ਕੋਈ ਨਹੀਂ ਇਹਨਾਂ ਨੇ, ਤੂੜੀ ਚੱਕਣ ਆ ਗਏ ਹਾਂ। ਆਹ ਲੈਣ ਤਾਂ ਮਕਾਈ ਖੜ੍ਹਾ ਮੁੰਡਾ ਵਿੱਚ ਵੜ ਕੇ, ਕੁਛ ਵੀ ਟੁੱਕਿਆ ਪਿਆ, ਪਰ ਉੱਧਰ ਲਾਓ ਪਰ ਇਹ ਵੀ ਸੁੱਕਿਆ ਪਿਆ। ਅਤੇ ਲਾਉਂਦੇ ਹਾਂ ਹੁਣ, ਆਹ ਵੱਢਦੇ ਹਾਂ, 10 ਮਰਲੇ ਆ ਦੇਖੋ, 6 ਕਨਾਲ ਪੂਰੇ ਆਉਂਦੇ ਹਾਂ ਕਿ ਨਹੀਂ। ਖੇਡਾਂ ਗਈਆਂ ਨਿਕਲ, ਆਖਰੀ ਖੇਡ ਚਾਲੂ ਆ, ਪਰ ਮਲਮਲ ਦਾ ਲੂਡਰ ਹੁੰਦਾ ਫਿਰਦਾ। ਬਹੁਤ ਸਿੱਧੀ ਖੇਡ ਨਿਕਲੀ ਆ ਗਾਇਸ, ਰਾਤ ਕਾ ਸਮਾਂ ਹੈ, ਲੌਂਡੇ ਕਾਮ ਪੇ ਮਗਨ ਹੈ, ਸੂਰਜ ਸਿਰ 'ਤੇ ਆ, ਸੋਰੀ ਚਾਂਦ, ਅਤੇ ਇਸੇ ਦੀ ਰੋਸ਼ਨੀ ਦੇ ਵਿੱਚ ਲਾਈ ਜਾ ਰਹੇ ਹਾਂ ਅਸੀਂ। ਪਰਲੀਆਂ ਲੱਗ ਗਈਆਂ, ਆਹ ਲੱਗਦੀਆਂ ਪਈਆਂ, ਉਹ ਰਹਿੰਦੀਆਂ। ਤੋ ਗਾਇਜ਼ ਰਿੰਗ ਪਿੱਟ ਮੈਥਡ ਕੋਲ ਲਗਾ ਦੀ ਆਗ, ਕਮਾਂਦ ਗਿਆ ਅਲੱਗ, ਬੀ ਗਿਆ ਖੁੱਟ, ਐਜ਼ ਯੂ ਐਨ ਸੀ ਥੱਲੇ ਪਾਸੇ ਆਹ ਸਾਰਾ ਲੱਗ ਗਿਆ ਸਿੱਧਾ। ਪਾਣੀ ਛੱਡ ਦਿੱਤਾ, ਮੋਟਰ ਚਲਾਤੀ, ਅੱਗ ਲਾਤੀ ਬਾਲਣ ਦੀ, ਨਫਾਜ਼ਤ ਕਰਦਾ ਖੜਾ ਮੈਂ। ਓਏ ਨਾ ਇੱਥੇ ਲਾਇਓ, ਕਿੱਥੇ ਸਾਹ ਵੀ ਬੰਦ ਹੋ ਗਿਆ ਓਏ। ਜਨਾਬ ਬੀ ਲਿਆਂਦਾ ਅੱਜ, ਖੁੱਟ ਗਿਆ ਸੀ ਜਿਹੜਾ ਕਮਾਨ ਦਾ, 1.5 ਮਰਲੇ ਨੂੰ ਚਾਰਾ ਕੀਤਾ, ਉਹਨਾਂ ਨੇ ਮਰਲਾ ਹੀ ਦਿੱਤਾ, ਕਹਿੰਦੇ ਲੱਗ ਜਾਣਾ ਲੱਗ ਜਾਣਾ, ਅਤੇ ਇਹ ਫੇਰ ਖੁੱਟ ਜਾਣਾ ਵਾ। ਇੱਕ ਤਾਂ ਇਹ ਬੜਾ ਮਸਲਾ, ਬੀ ਖੁੱਟਣ ਲੱਗ ਜਾਵੇ ਤਾਂ ਖੁੱਟਦਾ ਹੀ ਰਹਿੰਦਾ, ਪੂਰਾ ਆਉਂਦਾ ਹੀ ਨਹੀਂ ਸਾਲੀ ਦਾ। ਹੁਣ ਦੇਖਦੇ ਹਾਂ, ਪਿਆ ਵਾ ਥੋੜ੍ਹਾ ਜਿਹਾ ਢੱਕਿਆ ਪਿਆ, ਗਰਮੀ ਵੀ ਬਹੁਤ ਆ ਇਸ ਵਜ੍ਹਾ ਤੋਂ। ਹੁਣ ਢੋਂਦੇ ਹਾਂ ਅਤੇ ਲਾਉਂਦੇ ਹਾਂ, ਫਿਰ ਪਤਾ ਲੱਗੂਗਾ ਪੂਰਾ ਆਉਂਦਾ ਕਿ ਖੁੱਟਦਾ ਹੈ, ਖੁੱਟਣਾ ਹੀ ਨੇ। ਤੋ ਗਾਇਜ਼ ਫਾਈਨਲੀ ਬੀ ਪੂਰਾ ਆ ਗਿਆ ਵਾ, ਔਖਾ ਸੌਖਾ
ਲੱਗ ਚੁੱਕਿਆ, ਮਿੱਟੀ ਚਾੜ ਹੀ ਰਹੀ ਆ। ਜ਼ਮੀਨ ਕੋਈ ਖਾਸ ਨਹੀਂ ਬਣੀ, ਵੱਟੇ ਜ਼ਿਆਦਾ ਇਸ ਵਜ੍ਹਾ ਤੋਂ ਸਹੀ ਨਹੀਂ ਆ ਰਹੀ, ਤਿੰਗੀ ਮਹੀਨੇ ਲੈਣੀ ਪੈ ਰਹੀ ਆ। ਨਹੀਂ ਤਾਂ ਵਿੱਚ ਵਾੜ ਕੇ ਪੈਰ ਧੁੰਨੀ ਜਾਣਾ ਸੀ ਕੰਮ ਨੂੰ। ਰਿੰਗ ਪਿੱਟ ਮੈਥਡ ਆ, ਇੱਥੇ ਰੂਟਰ ਕਰਤਾ ਆਪੇ, ਹੁਣ ਉੱਗੂਗਾ ਜਾਂ ਨਹੀਂ ਉੱਗੂਗਾ ਇਹ ਦੇਖਾਂਗੇ। ਫਿਰ ਇੱਕ ਵਾਰੀ ਤਾਂ ਸਫਾਈ ਕਰਤੀ, ਸ਼ੇਵਰ ਜੀ ਉਹਨੂੰ ਨਹੀਂ ਕਹਿੰਦੇ, ਉਹੀ ਕਰਤਾ ਆਪਾਂ ਰੂਟਰ ਨਾਲ। ਜਨਾਬ ਪਾਣੀ ਦੀ ਇੰਟਰੀ ਗਈ, ਹੋ ਪਰੇ ਲੱਗਿਆ ਹਾਹ ਵਾਲੀਆਂ ਅੱਠ ਫੱਟਾਂ ਨੂੰ, ਥੋੜ੍ਹਾ ਥੋੜ੍ਹਾ ਪਾਣੀ ਕੱਢ ਰਹੀ ਆ ਮੋਟਰ, ਛਾ ਜਾਂਦੀ ਆ ਪੈਨਲਾਂ 'ਤੇ, ਅਤੇ ਸਾਰਿਆਂ ਨੂੰ ਦੁਬਾਰਾ ਲੱਗੂਗਾ। ਅਤੇ ਤਿੰਨ ਵਰਾਇਟੀਆਂ ਹੋ ਗਈਆਂ ਵਾ ਕਮਾਨ ਦੀਆਂ, ਆਹ 213 ਵਾਲਾ, ਆਹ ਅੱਠ ਫੱਟਾਂ ਪਰ 96 ਆ, ਅਤੇ ਮਿਕਸ ਆ ਉਹ ਵਿੱਚ 59। ਹੁਣ ਆਪੇ ਦੇਖੇ ਜਾਓ ਜਰਮੀਨੇਸ਼ਨ ਕਿੱਦਾਂ ਦੀ ਕਰਦਾ ਅਤੇ ਕਿੱਦਾਂ ਦੀ ਨਹੀਂ। ਚੰਗਾ ਫਿਰ ਅਗਲੀ ਵਾਰੀ।